ਟੈਕਸ ਬੱਡੀਜ਼ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਓ ਬਰਾੜ ਸਾਹਿਬ। ਦੇਖਦੇ ਹਾਂ ਕਿ ਜਦੋਂ ਟੈਕਸ ਦਾ ਮਸਲਾ ਆਉਂਦਾ ਕਈ ਵਾਰੀ ਆਪਾਂ ਥੋੜ੍ਹੇ ਅਵੇਸਲੇ ਹੋ ਜਾਂਦੇ ਹਾਂ ਜੀ, ਆਪਾਂ ਕਹਿੰਦੇ ਹਾਂ ਔਨਲਾਈਨ ਭਰ ਲਈਏ ਜਾਂ ਜਸਟ ਫਾਰਮ ਹੀ ਭਰਨੇ ਆ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਤੁਹਾਨੂੰ ਪ੍ਰੋਫੈਸ਼ਨਲ ਸਰਵਿਸਿਜ਼ ਦੀ ਜ਼ਰੂਰਤ ਹੁੰਦੀ ਹੈ, ਸਪੈਸ਼ਲੀ ਜਿਹੜੇ ਕੁਆਲੀਫਾਈਡ ਪ੍ਰੈਕਟੀਸ਼ਨਰਸ ਹੈਗੇ ਇਸ ਫੀਲਡ ਦੇ ਵਿੱਚ, ਜਿਹੜੇ ਤੁਹਾਨੂੰ ਇਹਦੇ ਵਿੱਚ ਲੂਪਹੋਲ ਲੱਭ ਸਕਦੇ ਆ, ਤੁਹਾਨੂੰ ਰਿਪ੍ਰੈਜ਼ੈਂਟ ਕਰ ਸਕਦੇ ਆ ਅਤੇ ਤੁਹਾਨੂੰ ਬੈਸਟ ਆਪਟੀਮਲ ਜਿਹੜੀਆਂ ਤੁਹਾਡੀਆਂ ਟੈਕਸ ਰਿਟਰਨਸ ਕਰ ਸਕਦੇ ਆ, ਕੰਪਲਾਈਂਟ ਰੱਖ ਸਕਦੇ ਆ ਤੁਹਾਨੂੰ ਸੀ ਆਰ ਏ ਦੇ ਸਾਰੇ ਰੂਲਸ ਦੇ ਨਾਲ। ਜਦੋਂ ਆਪਾਂ ਪ੍ਰੋਪਰਟੀ ਵੇਚਦੇ ਹਾਂ ਉਦੋਂ ਜੀ ਐਸ ਟੀ ਦਾ ਕੀ ਸਟੇਟਸ ਹੋਣਾ ਚਾਹੀਦਾ ਜੀ? ਦੋ ਕੇਸਿਸ 'ਚ ਲੱਗਦਾ ਜੀ, ਜਾਂ ਤਾਂ ਉਹ ਬ੍ਰਾਂਡਿੰਗ ਪ੍ਰੋਪਰਟੀ ਹੋਵੇ, ਅੱਛਾ ਜੀ, ਫਿਰ ਜੀ ਐਸ ਟੀ ਲੱਗੂਗਾ, ਜਾਂ ਫਿਰ ਉਹ ਸਬਸਟੈਂਸ਼ਲੀ ਰੈਨੋਵੇਟਡ ਪ੍ਰੋਪਰਟੀ ਹੋਵੇ, ਵਿੱਚ ਮੀਨਸ 90% ਤੁਸੀਂ ਰੀਮੋਡਲ ਕਰਤੀ ਬਿਲਡਰ ਨੇ, ਬਣਾ ਕੇ ਤੁਸੀਂ ਪੁਰਾਣਾ ਕਰ ਲਿਆ, ਆਲਮੋਸਟ ਸਾਰਾ ਕੁਝ ਨਵਾਂ ਕਰਤਾ ਉਹਦਾ। ਜੀ ਜੀ ਜੀ। ਬਟ ਇਨ ਅਦਰ ਕੇਸਿਸ ਉਹਤੇ ਜੀ ਐਸ ਟੀ ਨਹੀਂ ਲੱਗਦਾ। ਬ੍ਰੈਂਡ ਨਿਊ ਘਰ ਦੇ ਉੱਤੇ ਜੀ ਐਸ ਟੀ ਕਲੇਮ ਕਰ ਸਕਦਾ ਕਿਉਂਕਿ ਮੈਂ ਬਿਲਡਰ ਨੂੰ ਦਿੱਤੀ ਹੈ? ਹਾਂਜੀ, ਜੇ ਤੁਸੀਂ ਜੇ ਪੇ ਕੀਤੀ ਆ ਤੁਸੀਂ ਕਲੇਮ ਕਰ ਸਕਦੇ ਹੋ। ਤੁਸੀਂ ਆਪਣੇ ਮਾਈ ਸੀ ਆਰ ਏ ਅਕਾਊਂਟ 'ਚ ਜਾਓ ਅਤੇ ਉੱਥੇ ਜਾ ਕੇ ਤੁਹਾਨੂੰ ਇੰਸਟਰਕਸ਼ਨਸ ਦਿਖ ਜਾਣੀਆਂ ਵੀ ਜੀ ਐਸ ਟੀ ਕਿਵੇਂ ਕਲੇਮ ਕਰਨਾ ਜਿਹੜਾ ਤੁਸੀਂ ਪੇ ਕੀਤਾ। ਨਵਾਂ ਬਿਜ਼ਨਸ ਸ਼ੁਰੂ ਕਰਨਾ ਹੋਵੇ ਤਾਂ ਕੀ ਸਰਕਾਰ ਵੱਲੋਂ ਕੋਈ ਪ੍ਰੋਗਰਾਮ ਹੈਗੇ ਆ, ਅਸਿਸਟੈਂਟ ਮਿਲ ਜਾਂਦੀ ਹੈ ਜੀ ਉੱਥੋਂ? ਸਰਕਾਰ ਦੇਖੋ ਜੀ ਆਪ ਹੀ ਚਾਹੁੰਦੀ ਹੈ ਵੀ ਤੁਸੀਂ ਬਿਜ਼ਨਸ ਖੋਲ੍ਹੋ, ਨਵੇਂ ਐਂਟਰਪ੍ਰੀਨਿਓਰ ਅੱਗੇ ਆਉਣ, ਇੰਪਲੋਇਮੈਂਟ ਜਨਰੇਟ ਹੋਵੇ, ਤਾਂ ਇਹੋ ਜਿਹੇ ਕਈ ਪ੍ਰੋਗਰਾਮ ਹੈਗੇ ਆ ਜਿੱਥੇ ਤੁਸੀਂ ਅਪ ਟੂ 1 million ਤੱਕ ਦਾ ਲੋਨ ਲੈ ਸਕਦੇ ਹੋ। ਟੈਕਸ ਬੱਡੀਜ਼ ਤੋਂ ਆਏ ਮਹਿਮਾਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਜਿਹੜੇ ਬਿਜ਼ਨਸਿਸ ਨੇ, ਸਮਾਲ ਬਿਜ਼ਨਸਿਸ ਨੇ, ਮੀਡੀਅਮ ਸਾਈਜ਼ ਬਿਜ਼ਨਸ ਨੇ, ਉਹਨਾਂ ਦੇ ਵਾਸਤੇ ਟੈਕਸ ਟਿਪਸ ਵੀ ਲਵਾਂਗੇ ਅਤੇ ਇਹਦੇ ਨਾਲ ਸਾਡੇ ਜਿਹੜੇ ਘਰੇਲੂ ਖਪਤਕਾਰ ਨੇ ਉਹਨਾਂ ਦੇ ਵਾਸਤੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ, ਖਾਸ ਤੌਰ 'ਤੇ ਟੈਕਸ ਨਾਲ ਰਿਲੇਟਡ, ਉਹਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਮੇਰੇ ਨਾਲ ਇਸ ਵੇਲੇ ਮਹਿਮਾਨ ਸ਼ਾਮਿਲ ਨੇ ਜੀ ਅਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਸ਼ਰਨ ਸੰਧੂ ਜੀ ਸੀ ਪੀ ਏ ਨੇ ਟੈਕਸ ਬੱਡੀਜ਼ ਦੇ ਨਾਲ, ਅਤੇ ਨਾਲ ਹੀ ਅਮਨ ਬਰਾੜ ਜੀ ਸਾਡੇ ਨਾਲ ਇਸ ਵੇਲੇ ਸ਼ਾਮਿਲ ਹੋ ਰਹੇ ਨੇ। ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਜੀ, ਆਇਆਂ ਨੂੰ ਵੈਰੀ ਗੁੱਡ ਮੋਰਨਿੰਗ। ਥੈਂਕ ਯੂ, ਸਤਿ ਸ਼੍ਰੀ ਅਕਾਲ ਨਾਗਰ ਸਾਹਿਬ ਜੀ, ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਬਰਾੜ ਸਾਹਿਬ ਤੁਹਾਡਾ ਵੀ ਸਵਾਗਤ ਜੀ, ਆਇਆਂ ਨੂੰ ਜੀ। ਥੈਂਕ ਯੂ ਵੀਰ ਜੀ, ਬਹੁਤ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਸਰ, ਥੈਂਕ ਯੂ। ਟੈਕਸ ਬੱਡੀਜ਼ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਓ ਬਰਾੜ ਸਾਹਿਬ। ਟੈਕਸ ਬੱਡੀਜ਼ ਜੀ 2 ਸਾਲ ਪਹਿਲਾਂ ਆਪਾਂ ਸ਼ੁਰੂ ਕੀਤਾ ਸੀ ਇੱਥੇ ਜੀ, ਆਪਣੀ ਜਿਹੜੀ ਲੋਕੇਸ਼ਨ ਹੈਗੀ ਹੈ ਇਹ ਮੈਕਨਾਈਟ ਦੇ ਉੱਤੇ ਅਤੇ 19 ਸਟੇਟ ਦੇ ਕੋਰਨਰ 'ਤੇ ਹੈਗੀ ਹੈ, ਅਤੇ ਬੇਸਿਕਲੀ ਇਹ ਹੈਗਾ ਬਿਜ਼ਨਸਿਸ ਨੂੰ ਹੈਲਪ ਕਰਨ ਵਾਸਤੇ, ਤੁਹਾਡੇ ਜਿਹੜੇ ਹੈਗੇ ਆ ਐਕਸਪਰਟਾਈਜ਼ ਲਿਆਉਣ ਵਾਸਤੇ, ਕਿਉਂਕਿ ਆਪਾਂ ਆਮ ਦੇਖਦੇ ਹਾਂ ਕਿ ਜਦੋਂ ਟੈਕਸ ਦਾ ਮਸਲਾ ਆਉਂਦਾ ਕਈ ਵਾਰੀ ਆਪਾਂ ਥੋੜ੍ਹੇ ਅਵੇਸਲੇ ਹੋ ਜਾਂਦੇ ਹਾਂ ਜੀ, ਆਪਾਂ ਕਹਿੰਦੇ ਔਨਲਾਈਨ ਭਰ ਲਈਏ ਜਾਂ ਜਸਟ ਫਾਰਮ ਹੀ ਭਰਨੇ ਆ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਤੁਹਾਨੂੰ ਪ੍ਰੋਫੈਸ਼ਨਲ ਸਰਵਿਸਿਜ਼ ਦੀ ਜ਼ਰੂਰਤ ਹੁੰਦੀ ਹੈ, ਸਪੈਸ਼ਲੀ ਜਿਹੜੇ ਕੁਆਲੀਫਾਈਡ ਪ੍ਰੈਕਟੀਸ਼ਨਰਸ ਹੈਗੇ ਇਸ ਫੀਲਡ ਦੇ ਵਿੱਚ, ਜੀ ਜੀ ਜੀ, ਜਿਹੜੇ ਤੁਹਾਨੂੰ ਇਹਦੇ ਵਿੱਚ ਲੂਪਹੋਲ ਲੱਭ ਸਕਦੇ ਆ, ਤੁਹਾਨੂੰ ਰਿਪ੍ਰੈਜ਼ੈਂਟ ਕਰ ਸਕਦੇ ਆ ਅਤੇ ਤੁਹਾਨੂੰ ਬੈਸਟ ਆਪਟੀਮਲ ਜਿਹੜੀਆਂ ਤੁਹਾਡੀਆਂ ਟੈਕਸ ਰਿਟਰਨਸ ਕਰ ਸਕਦੇ ਆ, ਕੰਪਲਾਈਂਟ ਰੱਖ ਸਕਦੇ ਆ ਤੁਹਾਨੂੰ ਸੀ ਆਰ ਏ ਦੇ ਸਾਰੇ ਰੂਲਸ ਦੇ ਨਾਲ। ਅਤੇ ਸੰਧੂ ਸਾਹਿਬ ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਮੰਨ ਲਓ ਕਿ ਮੇਰੇ ਕੋਲ ਸੈਕਿੰਡ ਪ੍ਰੋਪਰਟੀ ਆ, ਰੈਂਟਲ ਪ੍ਰੋਪਰਟੀ ਆ, ਘਰ ਆ ਮੈਂ ਕਿਰਾਏ 'ਤੇ ਦਿੱਤਾ ਹੋਇਆ, ਸੀ ਆਰ ਏ ਨੂੰ ਇਹ ਪਤਾ ਲੱਗ ਸਕਦਾ ਕਿ ਮੈਂ ਉਹ ਰੈਂਟਲ ਇਨਕਮ ਰਿਪੋਰਟ ਕਰ ਰਿਹਾ ਜਾਂ ਨਹੀਂ ਕਰ ਰਿਹਾ? ਨਾਗਰ ਸਾਹਿਬ ਸੀ ਆਰ ਏ ਤਾਂ ਚਾਹੁੰਦੀ ਹੈ ਵੀ ਤੁਸੀਂ ਹਰ ਤਰ੍ਹਾਂ ਦੀ ਇਨਕਮ ਰਿਪੋਰਟ ਕਰੋ ਜਿੱਥੋਂ ਵੀ ਤੁਹਾਨੂੰ ਆਉਂਦੀ ਹੈ। ਇਹਨਾਂ ਨੇ ਇੱਕ ਟੈਕਸ ਇੰਟਰੋਡਿਊਸ ਕੀਤਾ ਸੀਗਾ, ਅੰਡਰ ਯੂਜ਼ਡ ਹਾਊਸਿੰਗ ਟੈਕਸ। ਹਾਂਜੀ, ਉਹ ਹੈਗਾ ਜੀ ਵੀ ਜੇ ਤੁਹਾਡਾ ਘਰ ਖਾਲੀ ਹੈ ਤਾਂ ਤੁਹਾਨੂੰ ਪ੍ਰੋਪਰਟੀ ਵੈਲਿਊ ਦਾ 1% ਟੈਕਸ ਹਰ ਸਾਲ ਦੇਣਾ ਪੈਣਾ ਟੂ ਦਾ ਗਵਰਨਮੈਂਟ ਜੀ। ਅਤੇ ਇਨੀਸ਼ਲੀ ਤਾਂ ਇਸ ਕਰਕੇ ਲਾਂਚ ਹੋਇਆ ਸੀਗਾ ਜੀ ਇਹ ਵੀ ਹਾਊਸਿੰਗ ਕ੍ਰਾਈਸਿਸ ਨੂੰ, ਹਾਂਜੀ, ਵੀ ਅਫੋਰਡੇਬਲ ਹਾਊਸਿੰਗ ਹੋਵੇ, ਲੋਕ ਖਾਲੀ ਘਰ ਨਾ ਰੱਖਣ, ਬਟ ਇਹਦਾ ਇੱਕ ਕ੍ਰੈਕ ਡਾਊਨ ਕਰਨ ਦਾ ਇਹ ਵੀ ਹੈਗਾ ਵੀ ਇਹ ਲੋਕਾਂ ਨੂੰ ਕ੍ਰੈਕ ਡਾਊਨ ਕਰ ਸਕਦਾ ਵੀ ਤੁਸੀਂ ਰੈਂਟਲ ਇਨਕਮ ਰਿਪੋਰਟ ਨਹੀਂ ਕੀਤੀ। ਹੁਣ ਜੇ ਤੁਸੀਂ ਰੈਂਟਲ ਇਨਕਮ ਵੀ ਰਿਪੋਰਟ ਨਹੀਂ ਕੀਤੀ ਅਤੇ ਅੰਡਰ ਯੂਜ਼ਡ ਹਾਊਸਿੰਗ ਟੈਕਸ ਵੀ ਨਹੀਂ ਦਿੱਤਾ, ਅਤੇ ਹਾਂਜੀ, ਅਤੇ ਇਸ ਕਰਕੇ ਇਟਸ ਵੈਰੀ ਈਜ਼ੀ ਫੋਰ ਦੈਮ ਟੂ ਫਿਗਰ ਆਊਟ ਵੀ ਤੁਸੀਂ ਇਹ ਰਿਪੋਰਟ ਨਹੀਂ ਕੀਤਾ। ਇੱਕ ਹੋਰ ਸਿਚੁਏਸ਼ਨ ਬਣਦੀ ਹੈ ਜੀ ਬੜੀ ਕਾਮਨ ਅਤੇ ਲੋਕ ਅਨਅਵੇਅਰ ਨੇ ਇਸ ਬਾਰੇ, ਉਹ ਕੀ ਕਰਦੇ ਆ ਆਪਣਾ ਘਰ ਕਾਰਪੋਰੇਸ਼ਨ 'ਚ ਲੈ ਲੈਂਦੇ ਆ, ਅਤੇ ਆਪਣੀ ਕਾਰਪੋਰੇਸ਼ਨ 'ਚ ਆਪ ਹੀ ਉਸ ਘਰ 'ਚ ਰਹਿੰਦੇ ਆ, ਅਤੇ ਹੁਣ ਉਸ ਘਰ ਦੀ ਮੋਰਗੇਜ ਵੀ ਕਾਰਪੋਰੇਸ਼ਨ ਦਿੰਦੀ ਹੈ, ਉਸ ਘਰ ਦਾ ਪ੍ਰੋਪਰਟੀ ਟੈਕਸ ਵੀ ਮੋਰਗੇਜ ਸਾਰੇ ਖਰਚੇ ਕਾਰਪੋਰੇਸ਼ਨ ਚੱਕਦੀ ਹੈ ਜੀ, ਅਤੇ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਦੇ ਆਰ ਓਬਲੀਗੇਟਿਡ ਟੂ ਪੇ ਰੈਂਟ ਟੂ ਦਾ ਕਾਰਪੋਰੇਸ਼ਨ। ਓਕੇ, ਉਹਨਾਂ ਨੂੰ ਲੱਗਦਾ ਵੀ ਇਹ ਘਰ ਮੇਰਾ ਹੀ ਹੈ ਪਰ ਉਹ ਤੁਹਾਡਾ ਨਹੀਂ ਹੈਗਾ, ਉਹ ਕਾਰਪੋਰੇਸ਼ਨ ਦਾ, ਅਤੇ ਇਹ ਚੀਜ਼ ਕਰਕੇ ਪਹਿਲੀ ਚੀਜ਼ ਤਾਂ ਆਹ ਟ੍ਰਿਗਰ ਹੋ ਜਾਂਦੀ ਹੈ ਵੀ ਤੁਸੀਂ ਰੈਂਟ ਨਹੀਂ ਦਿੱਤਾ ਜਦੋਂ ਤੁਸੀਂ ਫਾਈਲ ਕੀਤਾ ਜੀ।
ਸੈਕਿੰਡ ਚੀਜ਼ ਇਹ ਹੋ ਜਾਂਦੀ ਹੈ ਜੀ ਵੀ ਤੁਸੀਂ ਡਾਇਰੈਕਟਰਸ ਬੈਨੀਫਿਟ ਲਿਆ ਕਾਰਪੋਰੇਸ਼ਨ ਤੋਂ ਜੀ, ਉਹ ਤੁਹਾਡਾ ਟੈਕਸੀਬਲ ਹੈ ਔਨ ਦਾ ਪਰਸਨਲ ਸਾਈਡ, ਤੁਹਾਡਾ ਟੈਕਸੀਬਲ ਬੈਨੀਫਿਟ ਹੈ। ਅਤੇ ਆਪਾਂ ਨੂੰ ਲੱਗਦਾ ਵੀ CRA ਨੂੰ ਨਹੀਂ ਪਤਾ ਲੱਗਣਾ, ਬਟ ਇਟਸ ਸੋ ਈਜ਼ੀ ਫੋਰ ਦੈਮ ਟੂ ਫਿਗਰ ਆਊਟ, ਬਿਕੋਜ਼ ਜਦੋਂ ਆਪਾਂ ਕਾਰਪੋਰੇਸ਼ਨ ਟੈਕਸ ਰਿਟਰਨ ਭਰੀ ਹੈ ਉਹ 'ਚ ਆਪਾਂ ਆਪ ਹੀ ਦੱਸਿਆ ਵੀ ਆਹ ਸਾਡੇ ਐਸੈਟ ਨੇ, ਉਹ 'ਚ ਆਪਾਂ ਘਰ ਵੀ ਦਿਖਾਇਆ ਹੋਇਆ ਹੈਗਾ। ਅਤੇ ਨੰਬਰ 2 'ਤੇ ਹੁਣ ਜੇ ਮੇਰੇ ਕੋਲ ਕਿਸੇ ਦੀ ਰਿਟਰਨ ਆਈ, ਮੈਂ ਉਹਨੂੰ ਰਾਈਟ ਅਵੇ ਦੇਖੂੰਗਾ ਵੀ ਦੇਖੋ ਇਹ 'ਚ ਘਰ ਵੀ ਹੈਗਾ, ਰੈਂਟ ਇਹਨਾਂ ਨੇ ਪੇ ਨਹੀਂ ਕੀਤਾ, ਰੈਂਟਲ ਇਨਕਮ ਹੈ। ਫਿਰ ਮੈਂ ਦੇਖੂੰਗਾ ਅੰਡਰ ਯੂਜ ਹਾਊਸਿੰਗ ਟੈਕਸ ਭਰਿਆ ਹੋਇਆ, ਉਹ ਇਹਨਾਂ ਨੇ ਨਹੀਂ ਭਰਿਆ ਹੋਇਆ। ਅਤੇ ਐਂਡ ਦੈਨ ਦੇ ਵਿਲ ਰੀਚ ਬੈਕ ਟੂ ਯੂ ਆਸਕਿੰਗ ਫੋਰ ਮੋਰ ਡੀਟੇਲਸ। ਅਤੇ ਇਹੀ ਹੈ ਟੂ ਬੀ ਕੇਅਰਫੁਲ, ਬਿਕੋਜ਼ ਵਨ ਥਿੰਗ ਟ੍ਰਿਗਰਸ ਅਨਦਰ। ਅਤੇ ਹਾਂਜੀ ਫਿਰ ਫਰਦਰ ਆਡਿਟ ਖੁੱਲ੍ਹ ਜਾਂਦੇ ਆ। ਅਤੇ ਇੱਕ ਹੋਰ ਸ਼ਰਨ ਜੀ, ਵੀ ਮੇਰੇ ਕੋਲ 2 ਪ੍ਰੋਪਰਟੀਆਂ ਨੇ, ਇੱਕ ਤਾਂ ਮੈਂ ਦੱਸੀ ਹੋਈ ਆ ਇਹ ਜਿਹਦੇ ਵਿੱਚ ਮੇਰਾ ਪ੍ਰਾਇਮਰੀ ਰੈਜੀਡੈਂਸ ਹੈ ਜਿੱਥੇ ਮੈਂ ਰਹਿੰਦਾ, ਮੈਂ ਦੂਜੀ ਦੱਸਦਾ ਹੀ ਨਹੀਂ, ਫਿਰ ਉਸ ਸਿਚੁਏਸ਼ਨ 'ਚ ਕੀ ਹੁੰਦਾ ਜੀ? ਹੁਣ ਦੇਖੋ ਜੀ, ਜੇ ਦੱਸੀ ਹੈ, ਹੁਣ ਜੇ ਤਾਂ ਦੇਖੋ ਕਾਰਪੋਰੇਸ਼ਨ ਓਨ ਕਰਦੀ ਹੈ, ਉਹਦੀ ਤਾਂ ਦੇਖੋ ਆਪਾਂ ਸਟੇਟਮੈਂਟਸ, ਬੈਲੈਂਸ ਸ਼ੀਟ ਵਗੈਰਾ ਸਭ ਕੁਝ ਬਣਦਾ, ਉਸ ਤਾਂ ਤੁਹਾਨੂੰ ਦਿਖਾਉਣਾ ਪੈਣਾ ਹੀ ਹੈ, ਦੇਰ ਇਜ਼ ਨੋ ਵੇ। ਉਹ ਤਾਂ ਠੀਕ ਹੋ ਗਿਆ। ਹਾਂਜੀ, ਅਤੇ ਹੁਣ ਜਿਹੜਾ ਦੂਜਾ ਵੀ ਹੈਗਾ ਵੀ ਜੇ ਪਰਸਨਲ ਸਾਈਡ 'ਤੇ ਹੈਗਾ, ਯੂ ਆਰ ਜਸਟ ਪਲੇਇੰਗ ਅਰਾਊਂਡ ਵਿਦ ਲੱਕ, ਅੱਜ ਨਹੀਂ ਕੱਲ੍ਹ ਤੋਂ ਕਦੇ ਨਾ ਕਦੇ ਤਾਂ ਉਹ ਤੁਹਾਡੇ ਟਰੈਕ ਹੋ ਹੀ ਜਾਣਾ ਜੀ। ਪ੍ਰੋਪਰਟੀਜ਼ ਨਾ ਆਪਣੇ ਨੇ, ਬੈਂਕ ਇਨਵੋਲਵਡ ਹੈ, ਅਤੇ ਇਟਸ ਬੈਟਰ ਟੂ ਬੀ ਕੀਪ ਯੋਰ ਬੁੱਕਸ ਕਲੀਨ ਅਤੇ ਹੈ ਨਾ ਰੈਕਰਡ। ਹਾਂਜੀ, ਯਾ ਦੈਟਸ ਗ੍ਰੇਟ। ਅਤੇ ਜਦੋਂ ਆਪਾਂ ਪ੍ਰੋਪਰਟੀ ਵੇਚਦੇ ਹਾਂ ਉਦੋਂ GST ਦਾ ਕੀ ਸਟੇਟਸ ਹੋਣਾ ਚਾਹੀਦਾ ਜੀ? ਇਹਦਾ ਬਹੁਤ ਸੌਖਾ ਤਰੀਕਾ ਹੈ ਜੀ, ਤੁਸੀਂ ਆਪਣੇ MyCRA ਅਕਾਊਂਟ 'ਤੇ ਜਾਓ, ਲੌਗਇਨ ਕਰੋ, ਅਤੇ ਆਸਕ ਯੋਰ ਅਕਾਊਂਟੈਂਟ, ਉਹ ਤੁਹਾਨੂੰ ਦਿਖਾ ਦੇਣਗੇ ਵੀ GST ਕਿਵੇਂ ਕਲੇਮ ਹੁੰਦਾ ਵਾਪਸ। ਨਾਗਰ ਸਾਹਿਬ, ਇਹਦੇ ਬਾਰੇ ਇੱਕ ਬਹੁਤ ਇੰਪੋਰਟੈਂਟ ਰੂਲਿੰਗ ਆਈ ਹੈ ਔਗਸਟ ਦਿਸ ਈਅਰ ਟੈਕਸ ਕੋਰਟ ਦੀ, ਆਪਣੇ ਲਿਸਨਰਸ ਲਈ ਯੂਜ਼ਫੁਲ ਹੋਊਗੀ। ਉੱਥੇ ਕੀ ਸੀਗਾ, ਕਿਸੇ ਦੀ ਪ੍ਰੋਪਰਟੀ ਸੀਗੀ, ਉਹ ਲੌਂਗ ਟਰਮ ਰੈਂਟਲ ਕਰਦੇ ਸੀ ਉਹਨਾਂ ਨੂੰ ਜੀ, ਮੰਥ ਟੂ ਮੰਥ, ਜਿਵੇਂ ਆਪਾਂ ਇੱਕ ਸਾਲ ਲਈ ਰੈਂਟ ਕਰਤਾ। ਹਾਂਜੀ, ਅਤੇ ਫਿਰ ਐਂਡ ਦੈਨ ਲੇਟਰ ਔਨ ਦੇ ਡਿਸਾਈਡਿਡ ਆਪਾਂ Airbnb ਕਰ ਦਈਏ ਇਹਦਾ, ਜਿਵੇਂ ਅੱਜ ਕੱਲ੍ਹ ਟਰੈਂਡ ਚੱਲਦਾ ਜੀ। ਅਤੇ ਉਹਨਾਂ ਨੇ ਕੀ ਕੀਤਾ, ਪ੍ਰੋਪਰਟੀ ਵੇਚਤੀ ਆਪਣੀ Airbnb ਕਰਕੇ, ਅਤੇ ਅਗਲੇ ਸਾਲ ਜਦੋਂ ਉਹਦੀ ਡਿਸਪੋਜ਼ਲ ਦਿਖਾਇਆ, CRA ਕੇਮ ਬੈਕ ਐਂਡ ਆਸਕ ਦੈਮ ਵੀ HST ਨਹੀਂ ਭਰਿਆ ਤੁਸੀਂ, ਇਹ ਤਾਂ ਇੰਟੀਰੀਅਰ ਦੀ ਗੱਲ ਹੈ ਜੀ, ਆਪਣੇ ਕੇਸ 'ਚ GST ਹੋਊਗਾ। ਐਂਡ ਦੈਨ ਦੇ ਗੋਟ ਬੈਕ ਟੂ CRA, ਉਹਨਾਂ ਨੂੰ ਉਹ ਕਹਿੰਦੇ ਵੀ ਤੁਸੀਂ ਰੈਜੀਡੈਂਸ਼ਲ ਪ੍ਰੋਪਰਟੀ 'ਤੇ ਤਾਂ ਹੈ ਨਹੀਂ ਗਾ ਜੀ, ਕੋਈ ਵੀ ਟੈਕਸ ਤੁਸੀਂ ਕਿਵੇਂ ਮੰਗ ਸਕਦੇ ਹੋ ਸਾਡੇ ਤੋਂ? ਜਿਵੇਂ ਆਪਾਂ ਵੀ ਦੇਖਦੇ ਹਾਂ, ਆਪਾਂ ਜਦੋਂ ਪੁਰਾਣਾ ਘਰ ਲੈਂਦੇ ਹਾਂ ਆਪਾਂ GST ਥੋੜ੍ਹੀ ਭਰਦੇ ਹਾਂ ਉੱਥੇ, ਅਤੇ CRA ਉਸ ਗੱਲ 'ਤੇ ਸਟ੍ਰਿਕਟ ਰਹੀ ਜੀ, ਅਤੇ ਉਹ ਉਹਨਾਂ ਨੂੰ CRA ਨੂੰ ਟੈਕਸ ਕੋਰਟ 'ਚ ਲੈ ਗਏ, ਅਤੇ ਟੈਕਸ ਕੋਰਟ ਉਹਨਾਂ ਨੂੰ ਕਹਿੰਦੀ ਯੂ ਆਰ ਐਗਜ਼ੈਂਪਟਡ ਓਨਲੀ 2 ਵੇਜ਼। ਪਹਿਲਾ ਤਰੀਕਾ ਤਾਂ ਸੀਗਾ ਯੂ ਡੋਂਟ ਹੈਵ ਟੂ ਬੀ ਦਾ ਬਿਲਡਰ, ਉਹ ਘਰ ਤੁਸੀਂ ਨਹੀਂ ਬਣਾਇਆ, ਠੀਕ ਹੈ ਜੀ, ਉਹ ਇਹਨਾਂ ਨੇ ਨਹੀਂ ਬਣਾਇਆ ਸੀ, ਉੱਥੇ ਤਾਂ ਇਹਨਾਂ ਦਾ ਬਚਾਅ ਹੋ ਗਿਆ। ਬਟ ਦੂਜਾ ਉਹ ਕਹਿੰਦੇ ਰੈਜੀਡੈਂਸ਼ੀਅਲ ਪ੍ਰੋਪਰਟੀ ਹੋਣੀ ਚਾਹੀਦੀ ਹੈ, CRA ਕਹਿੰਦੇ ਹੁਣ ਇਹ ਰੈਜੀਡੈਂਸ਼ੀਅਲ ਪ੍ਰੋਪਰਟੀ ਨਹੀਂ ਰਹਿ ਗਈ, ਤੁਸੀਂ ਉਹਨੂੰ ਡੇ ਟੂ ਡੇ ਰੈਂਟ ਆਊਟ ਕਰਨ ਲੱਗ ਗਏ। ਓਕੇ, ਉਹ ਹੁਣ ਕਹਿੰਦੇ ਹੋ ਗਿਆ ਇਕੁਇਵਲੈਂਟ ਟੂ ਹੋਟੈਲਸ, ਮੋਟੈਲਸ, ਲੋਜਿੰਗ, ਅਤੇ ਹੁਣ ਇਹ ਕਮਰਸ਼ੀਅਲ ਹੋ ਗਿਆ, ਅਤੇ ਉਹਨਾਂ ਨੇ ਉਹਨਾਂ ਨੂੰ ਉਹ HST ਇਨ ਦੈਟ ਕੇਸ ਭਰਨਾ ਪਿਆ। ਸੋ ਇਫ ਯੂ ਹੈਵ Airbnb ਤਾਂ ਤੁਸੀਂ ਧਿਆਨ ਰੱਖੋ ਵੀ ਜਦੋਂ ਉਹਨੂੰ ਤੁਸੀਂ ਵੇਚਣਾ ਉਹ GST ਕਲੇਮ ਕਰੋ ਫਰੋਮ ਦਾ ਬਾਇਰ, ਜੇ ਤੁਸੀਂ ਨਹੀਂ ਕੀਤਾ ਉਹ ਤੁਹਾਨੂੰ ਪੱਲਿਓਂ ਭਰਨਾ ਪੈ ਜਾਣਾ। ਸੋ ਬੀ ਕੇਅਰਫੁਲ। ਇੱਕ ਸੰਤੂ ਸਾਹਿਬ, ਸਾਨੂੰ ਦੱਸੋ ਕਿ ਕਈ ਵਾਰੀ ਸਾਡੇ ਕੋਈ ਮਿੱਤਰ ਦੋਸਤ ਸਾਨੂੰ ਕਹਿੰਦੇ ਆ ਜੀ ਆ ਪੈਸੇ ਮੇਰੇ ਕੋਲੋਂ ਲੈ ਲਓ, ਆਪਣੇ ਖਾਤੇ 'ਚ ਜਮ੍ਹਾਂ ਕਰਾ ਲਓ, ਮੈਨੂੰ ਹਫ਼ਤੇ 10 ਦਿਨਾਂ ਤੱਕ ਲੋੜ ਪੈਣੀ ਹੈ, ਮੈਨੂੰ ਫਿਰ ਤੁਸੀਂ ਦੇ ਦਿਓ, ਅਤੇ ਇਹਦਾ ਕੋਈ ਸਾਈਡ ਇਫੈਕਟ ਵੀ ਹੁੰਦਾ? ਨਾਗਰ ਸਾਹਿਬ, ਮੇਰਾ ਸੁਜੈਸ਼ਨ ਸਭ ਨੂੰ ਇਹੀ ਰਹਿੰਦਾ ਵੀ ਆਪਣੀ ਜਿਹੜੀਆਂ ਵੀ ਤੁਹਾਡੇ ਅਕਾਊਂਟਸ ਆ ਉਹਨੂੰ ਕਲੀਨ ਰੱਖੋ ਜੀ, ਪਰ ਕਈ ਵਾਰ ਆਪਾਂ ਨੂੰ ਕਰਨਾ ਵੀ ਪੈ ਜਾਂਦਾ ਪਰਿਵਾਰ ਲਈ। ਜੀ ਜੀ, ਇੱਕ ਸਾਡੇ ਕੋਲ ਕੋਈ ਕਿਸੇ ਦਾ ਆਡਿਟ ਆਇਆ ਸੀਗਾ ਜੀ, ਉਹ ਸਾਡੇ ਕੋਲ ਲੈ ਕੇ ਆਏ ਸੀਗੇ, ਅਤੇ ਉਹਨਾਂ ਨੇ ਕੀ ਕੀਤਾ ਸੀ, ਉਹਨਾਂ ਦੇ ਐਂ ਕਿਸੇ ਦੋਸਤਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ 20,000 ਸਾਡੇ ਤੋਂ ਲੈ ਲਓ ਅਤੇ ਆਪਣੇ ਅਕਾਊਂਟ 'ਚ ਡਿਪੋਜ਼ਿਟ ਕਰਕੇ ਸਾਨੂੰ ਮੋੜ ਦਿਓ। ਉਹਨਾਂ ਨੇ ਆਹੀ ਕੀਤਾ, ਅਤੇ CRA ਨੇ ਉਹਨਾਂ ਦੀ ਰੀਅਸੈਸਮੈਂਟ ਕੀਤੀ, ਜਿਹੜਾ ਉਹ 20,000 ਸੀਗਾ, CRA ਕਹਿੰਦੀ ਇਹ ਤੁਹਾਡੀ ਕੋਈ ਇਨਕਮ ਹੋਈ ਸੀਗੀ ਜਿਹੜੀ ਤੁਸੀਂ ਡਿਪੋਜ਼ਿਟ ਕੀਤੀ ਸੀ, ਤੁਸੀਂ ਸਾਨੂੰ ਦੱਸੀ ਨਹੀਂ। ਉਹਨਾਂ ਨੇ ਉਹ 20,000 ਤੋਂ ਪਹਿਲਾਂ GST ਲਾਇਆ, ਅੱਛਾ, ਫਿਰ ਉਹਨਾਂ ਨੇ ਜੀ ਨੈਕਸਟ ਕਾਰਪੋਰੇਟ ਟੈਕਸ ਲਾਇਆ ਉਹ 'ਤੇ, ਨੰਬਰ 3 ਜਦੋਂ ਉਹਨਾਂ ਨੇ ਕਢਾਏ ਉਹ ਕਹਿੰਦੇ ਵੀ ਇਹ 'ਤੇ ਤੁਹਾਨੂੰ ਪਰਸਨਲ ਡਿਵੀਡੈਂਡ ਕੱਢਿਆ ਤੁਸੀਂ,
ਫਿਰ ਉਹਤੇ ਟੈਕਸ ਲਾਇਆ ਓ ਤੇ ਇਸ ਕਰਕੇ ਬਹੁਤ ਧਿਆਨ ਰੱਖਣ ਦੀ ਲੋੜ ਹੈ ਵੀ ਜੇ ਤੁਸੀਂ ਇਹੋ ਜਿਹਾ ਕੁਛ ਵੀ ਟ੍ਰਾਂਜੈਕਸ਼ਨ ਕਰਦੇ ਹੋ ਬਿਕੋਜ਼ ਸੀ ਆਰ ਏ ਤੁਹਾਡੀ ਹਰ ਸਟੇਟਮੈਂਟ ਦੇਖ ਸਕਦੀ ਹੈ ਬੈਂਕ ਸਟੇਟਮੈਂਟ ਕ੍ਰੈਡਿਟ ਕਾਰਡ ਸਟੇਟਮੈਂਟ ਮੌਡਗੇਜ ਸਟੇਟਮੈਂਟ ਅਤੇ ਜੇ ਤੁਸੀਂ ਕੋਈ ਵੀ ਡਾਊਟ ਕ੍ਰੀਏਟ ਕਰਦੇ ਹੋ ਉਹ ਫਰਦਰ ਤੁਹਾਨੂੰ ਆਡਿਟ ਕਰ ਸਕਦੇ ਹੈ ਅਤੇ ਇਸ ਕਰਕੇ ਜੇ ਤੁਹਾਨੂੰ ਕਰਨਾ ਵੀ ਪੈ ਗਿਆ ਕਿਸੇ ਪਰਿਵਾਰ ਲਈ ਜੀ ਜੀ ਜਾਂ ਫਰੈਂਡਸ ਲਈ ਮੇਕ ਸ਼ੋਰ ਤੁਸੀਂ ਉਹਨਾਂ ਤੋਂ ਇੱਕ ਨੋਟ ਬਣਵਾਓ ਵੀ ਅਸੀਂ ਇਹਨਾਂ ਤੋਂ ਇੱਕ ਲੋਨ ਲਿਆ ਰੀਜ਼ਨ ਆਫ ਲੋਨ ਦਿਓ ਵੀ ਅਸੀਂ ਕੀ ਰੀਜ਼ਨ ਹੈ ਜੀ ਅਤੇ ਕਦੋਂ ਅਸੀਂ ਮੋੜਨਾ ਤੁਸੀਂ ਇਹਦਾ ਇੰਟਰਸਟ ਦੇਣਾ ਨਹੀਂ ਦੇਣਾ ਜੀ ਅਤੇ ਤਾਂ ਕਿ ਜੇ ਕਦੇ ਤੁਹਾਨੂੰ ਉਹਨੂੰ ਕੁਐਸਚਨ ਹੋ ਜੇ ਤੁਸੀਂ ਉਹ ਨੋਟ ਦੇ ਸਕਦੇ ਹੋ ਹੁਣ ਬਾਅਦ 'ਚੋਂ ਬੰਦਾ ਤੁਹਾਨੂੰ ਨੋਟ ਲਿਖ ਕੇ ਦੇਵੇ ਨਾ ਦੇਵੇ ਬਿਕੋਜ਼ ਜਦੋਂ ਤੁਸੀਂ ਉਹਨਾਂ ਨੂੰ ਦੱਸੋਗੇ ਵੀ ਉਹਨੇ ਦਿੱਤਾ ਉਹ ਵੀ ਬੰਦੇ ਟ੍ਰਬਲ 'ਚ ਆ ਸਕਦੇ ਆ ਓਬਵੀਅਸਲੀ ਦੇ ਆਰ ਹਾਈਡਿੰਗ ਸਮਥਿੰਗ ਤਾਂ ਹੀ ਉਹ ਤੁਹਾਡੇ ਕੋਲ ਆਏ ਆ ਵੀ ਉਹਨੂੰ ਵਾਈਟ ਕਰਨ ਲਈ ਜੀ 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 ਤਾਂ ਇਸ ਕਰਕੇ ਬਹੁਤ ਧਿਆਨ ਰੱਖਣ ਦੀ ਲੋੜ ਹੈ ਕੋਈ ਵੀ ਇਹੋ ਜਿਹੀ ਟ੍ਰਾਂਜੈਕਸ਼ਨ ਕਰਨ ਲਈ ਗ੍ਰੇਟ ਅਤੇ ਇਹਦੀ ਅਮਾਊਂਟ ਵੀ ਕੋਈ ਸਾਨੂੰ ਖਿਆਲ ਰੱਖਣ ਦੀ ਲੋੜ ਹੈ ਕਿ 20,000 ਜਾਂ ਇਸ ਤੋਂ ਉੱਪਰ ਥੱਲੇ ਵੀ ਹੋ ਸਕਦੀ ਹੈ ਕੋਈ ਵੀ ਵੈਸੇ ਤਾਂ ਕਹਿ ਦਿੰਦੇ ਜੀ ਵੀ 10,000 ਤੋਂ ਆਪ ਉਹ ਦੇ ਆਰ ਲੁਕਿੰਗ ਮੋਰ ਕਲੋਜ਼ਲੀ ਬਟ ਉਹ ਤਾਂ ਐਕਸਪਲੇਨੇਸ਼ਨ ਤਾਂ ਉਹ ਕਿਸੇ ਦੀ ਵੀ ਮੰਗ ਸਕਦੇ ਆ ਬਿਲਕੁਲ ਠੀਕ ਹੈ ਹਾਂਜੀ ਅੱਛਾ ਦੋ ਕੁਐਸਚਨਸ ਆ ਜੀ ਸਾਡੇ ਕੋਲ ਆਏ ਸਾਡੇ ਸੁਣਨ ਵਾਲਿਆਂ ਵੱਲੋਂ ਰਮਨਜੀਤ ਕੌਰ ਜੀ ਦਾ ਸਵਾਲ ਹੈ ਕਿ ਕੀ ਜੀ ਐਸ ਟੀ ਸੈਲਰ ਤੋਂ ਕਲੇਮ ਕੀਤੀ ਜਾਂਦੀ ਹੈ ਕਿ ਬਾਇਰ ਤੋਂ ਜਦੋਂ ਅਸੀਂ ਏਅਰ ਬੀ ਐਨ ਬੀ ਹਾਊਸ ਪ੍ਰੋਪਰਟੀ ਦੀ ਗੱਲ ਕਰਦੇ ਹਾਂ ਤਾਂ ਦੇਖੋ ਜੀ ਜਦੋਂ ਤੁਸੀਂ ਮੰਨ ਲਓ ਜਸਟ ਫੋਰ ਐਨ ਐਗਜ਼ਾਮਪਲ ਤੁਸੀਂ ਜੇ 1,00,000 ਦੀ ਕੁਛ ਵੇਚਿਆ ਤੁਸੀਂ ਸੈਲਿੰਗ ਪ੍ਰਾਈਸ ਤੁਹਾਡਾ 1,05,000 ਹੋ ਜੂਗਾ ਤੁਸੀਂ ਬਾਇਰ ਤੋਂ 1,05,000 ਲਓਗੇ ਉਹ 5,000 ਲੈ ਕੇ ਸੈਲਰ 5,000 ਉੱਪਰਲਾ ਗਵਰਨਮੈਂਟ ਨੂੰ ਸੀ ਆਰ ਏ ਨੂੰ ਰੀਇੰਬਰਸ ਕਰੂਗਾ ਜੀ ਆਈ ਹੋਪ ਆਈ ਐਂਸਰਡ ਯੋਰ ਕੁਐਸਚਨ ਓਕੇ ਹਾਂਜੀ ਮਤਲਬ ਤੁਸੀਂ ਬਾਇਰ ਪੇ ਕਰੂਗਾ ਜੀ ਅਤੇ ਤੁਸੀਂ ਉਹ ਬਾਇਰ ਤੋਂ ਲੈ ਕੇ ਬਾਇਰ ਤੋਂ ਸੀ ਆਰ ਏ ਨੂੰ ਦੇ ਦੇਣਾ ਪਰ ਜੇ ਤੁਸੀਂ ਬਾਇਰ ਤੋਂ ਨਹੀਂ ਲਿਆ ਤਾਂ ਤੁਹਾਡੀ 1,00,000 ਦਾ ਜਿਹੜੀ ਇਨਕਮ ਤੁਸੀਂ 1,00,000 ਦੀ ਪ੍ਰੋਪਰਟੀ ਵੇਚੀ ਤੁਹਾਡੀ 95 ਦੀ ਰਹਿ ਗਈ ਓਕੇ 5 ਦਾ ਤੁਹਾਨੂੰ ਦੇਣਾ ਹੀ ਪੈਣਾ ਮਤਲਬ ਦੇਣਾ ਹੀ ਪੈਣਾ ਹੈ ਹਾਂਜੀ ਹਾਂਜੀ ਸੋ ਸੈਲਰ ਨੇ ਦੇਣਾ ਹੈ ਸੈਲਰ ਨੇ ਕਲੈਕਟ ਕਰਨਾ ਜੀ ਬਾਇਰ ਤੋਂ ਸੈਲਰ ਨੇ ਕਲੈਕਟ ਕਰਨਾ ਤੇ ਸੀ ਆਰ ਏ ਨੂੰ ਜਮ੍ਹਾਂ ਕਰਾਉਣਾ ਹਾਂਜੀ ਠੀਕ ਹੈ ਜੀ ਤੇ ਅਜੈਬ ਬਰਾੜ ਜੀ ਦਾ ਇੱਕ ਕੁਐਸਚਨ ਆਇਆ ਜੀ ਕਿ ਕੀ ਮੈਂ ਦੂਜੇ ਬ੍ਰੈਂਡ ਨਿਊ ਘਰ ਦੇ ਉੱਤੇ ਜੀ ਐਸ ਟੀ ਕਲੇਮ ਕਰ ਸਕਦਾ ਕਿਉਂਕਿ ਮੈਂ ਬਿਲਡਰ ਨੂੰ ਦਿੱਤੀ ਹੈ ਹਾਂਜੀ ਜੇ ਤੁਸੀਂ ਜੇ ਪੇ ਕੀਤੀ ਆ ਤੁਸੀਂ ਕਲੇਮ ਕਰ ਸਕਦੇ ਹੋ ਤੁਸੀਂ ਆਪਣੇ ਮਾਈ ਸੀ ਆਰ ਏ ਅਕਾਊਂਟ 'ਚ ਜਾਓ ਅਤੇ ਉੱਥੇ ਜਾ ਕੇ ਤੁਹਾਨੂੰ ਇੰਸਟਰਕਸ਼ਨਸ ਦਿਖ ਜਾਣਗੀਆਂ ਵੀ ਜੀ ਐਸ ਟੀ ਕਿਵੇਂ ਕਲੇਮ ਕਰਨਾ ਜਿਹੜਾ ਤੁਸੀਂ ਪੇ ਕੀਤਾ ਜਾਂ ਉਹ ਆਪਣੇ ਅਕਾਊਂਟੈਂਟ ਰਾਹੀਂ ਵੀ ਕਰ ਸਕਦੇ ਹਾਂ ਜੀ ਆਪਣੇ ਅਕਾਊਂਟੈਂਟ ਨੂੰ ਪੁੱਛੋ ਉਹਨਾਂ ਨੂੰ ਫੋਰ ਸ਼ੋਰ ਪਤਾ ਹੋਊਗਾ ਅਤੇ ਇਹਦਾ ਮਤਲਬ ਹੈ ਕਿ ਬਰਾੜ ਸਾਹਿਬ ਨੂੰ ਅਜੈਬ ਬਰਾੜ ਜੀ ਨੂੰ ਜਿਹੜਾ ਉਹਨਾਂ ਨੇ ਸੈਕਿੰਡ ਬ੍ਰੈਂਡ ਨਿਊ ਕਰ ਲਿਆ ਉਹਦੇ 'ਤੇ ਜੀ ਐਸ ਟੀ ਵਾਪਸ ਆਊਗੀ ਵਾਪਸ ਆਊਗੀ ਜੀ ਹਾਂਜੀ ਫੋਰ ਸ਼ੋਰ ਮੇਰਾ ਖਿਆਲ ਰੱਖਿਓ ਬਰਾੜ ਸਾਹਿਬ ਤੁਹਾਨੂੰ ਆ ਰਹੇ ਨੇ ਪੈਸੇ ਅਤੇ ਇੱਕ ਹੋਰ ਜੀ ਗੱਲ ਹੈ ਕਿ ਜਿਹੜੀ ਅਸੀਂ ਇਨਕਮ ਰਿਪੋਰਟ ਕਰਦੇ ਹਾਂ ਉਹਦੇ ਉੱਤੇ ਸੀ ਆਰ ਏ ਆਡਿਟ ਕਰਨ ਦਾ ਕੋਈ ਖਾਸ ਕਾਰਨ ਲੱਭ ਸਕਦੀ ਹੈ ਜੀ ਜਾਂ ਹੁੰਦਾ ਕੋਈ ਕਾਰਨ ਉਹਦਾ ਤੁਹਾਡਾ ਕਈ ਲੋਕ ਕੀ ਕਰਦੇ ਆ ਜੀ ਜਿਵੇਂ ਹੁਣ ਤੁਹਾਡਾ ਘਰ ਹੈ ਤੁਸੀਂ ਇਨਕਮ ਦਿਖਾਈ ਸਿਰਫ ਸਾਲ ਦੀ 20,000 ਚਲੋ ਮੰਨ ਲਿਆ ਵੀ ਤੁਸੀਂ ਯੂ ਕੈਨ ਕਮ ਬੈਕ ਐਂਡ ਸੇਵ ਮੇਰੀ ਰੈਂਟਲ ਬੇਸਮੈਂਟ ਰੈਂਟ 'ਤੇ ਸੀਗੀ ਮੈਂ ਉਹ ਪੇ ਕਰਦਾ ਸੀਗਾ ਪਰ ਤੁਸੀਂ ਰੈਂਟਲ ਇਨਕਮ ਦਿਖਾਈ ਹੈ ਆਪਣੀ ਉਹ 'ਚੋਂ ਓਕੇ ਤੁਸੀਂ ਬੇਸਮੈਂਟ ਦੀ ਰੈਂਟਲ ਇਨਕਮ ਤਾਂ ਦਿਖਾਈ ਨਹੀਂ ਸੋ ਹਾਊ ਡੂ ਯੂ ਸਪੋਰਟ ਦੈਟ ਆਹ ਹੋ ਜਾਂਦਾ ਨੰਬਰ 2 'ਤੇ ਇਹ ਹੋ ਜਾਂਦਾ ਹੁਣ ਕਈ ਵੱਡੇ ਹਾਊਸ ਹੋਲਡ ਹੈ ਜਿੱਥੇ ਤੁਸੀਂ ਕਹਿ ਲਓ ਵੀ ਮਹੀਨੇ ਦਾ ਪ੍ਰੋਪਰਟੀ ਟੈਕਸ ਅਤੇ ਹੀਟਿੰਗ ਬਿੱਲ ਹੀ 4,000-5,000 ਆਉਂਦਾ ਅਤੇ ਉਹ ਕੱਲ੍ਹ ਨੂੰ ਉਹਦੇ ਕਮ ਬੈਕ ਐਂਡ ਸੇਵ ਵੀ ਮੇਰੀ ਤਾਂ ਸਾਲ ਦੀ 15,000 ਇਨਕਮ ਸੀਗੀ ਸਾਰੀ ਅਤੇ ਸੀ ਆਰ ਏ ਉਹਨਾਂ ਨੂੰ ਪੁੱਛੂਗੀ ਨਾ ਵੀ ਤੁਸੀਂ ਹਾਊ ਕੈਨ ਯੂ ਅਫੋਰਡ ਐਵਰੀਥਿੰਗ ਅਤੇ ਆਪਾਂ ਨੂੰ ਲੱਗਦਾ ਵੀ 1 ਸਾਲ ਆਪਾਂ ਭਰ ਕੇ ਬਚ ਗਏ 2 ਸਾਲ ਬਚ ਗਏ ਬਟ ਦੇ ਕੈਨ ਕਮ ਬੈਕ ਐਨੀ ਟਾਈਮ ਹੁਣ ਇੱਕ ਸਾਡੇ ਕੋਲ ਕੇਸ ਆਇਆ ਸੀਗਾ ਜੀ ਉਹ ਕਹਿੰਦੇ ਵੀ ਸਾਡੇ ਅਸੀਂ ਹਾਊ ਡੂ ਯੂ ਡਿਫੈਂਡ ਉਹ ਕਹਿੰਦੇ ਜੀ ਹੁਣ ਅਸੀਂ ਆਪਣੇ ਬੱਚਿਆਂ ਤੋਂ ਪੈਸੇ ਲੈਂਦੇ ਸੀਗੇ ਅਡਲਟ ਕਿਡਸ ਹੁਣ ਉੱਥੇ ਇਹ ਸਵਾਲ ਆ ਜਾਂਦਾ ਜੀ ਵੀ ਅਡਲਟ ਕਿਡਸ ਦੀ ਇੰਨੀ ਇਨਕਮ ਸੀਗੀ ਵੀ ਉਹ ਤੁਹਾਨੂੰ ਸਪੋਰਟ ਕਰਦੇ ਸੀ ਜੇ ਨਹੀਂ ਸੀਗੀ ਦੈਨ ਯੂ ਆਰ ਇਨ ਟ੍ਰਬਲ ਅਤੇ ਚਲੋ ਜੇ ਮੰਨ ਲਓ ਵੀ ਹੈਗੀ ਸੀ ਉਹਨਾਂ ਦੀ ਇੰਨੀ ਫਿਰ ਉਹਨਾਂ ਨੇ ਕਿਉਂ ਨਹੀਂ ਸ਼ੋਅ ਕੀਤੀ ਹਾਂਜੀ ਅਤੇ ਜੇ ਉਹਨਾਂ ਨੇ ਸ਼ੋਅ ਕੀਤੀ ਵੀ ਸੀ ਫਿਰ ਉਹ ਮਨੀ ਟ੍ਰੇਲ ਫੋਲੋ ਕਰਨਗੇ ਜੀ ਕਦੋਂ ਉਹਨਾਂ ਨੇ ਪੈਸੇ ਕਢਾ ਕੇ ਤੁਹਾਨੂੰ ਜਮ੍ਹਾਂ ਕਰਾਏ ਫਿਰ ਤੁਸੀਂ ਉਹ ਪੇ ਕੀਤਾ ਤਾਂ ਇਸ ਕਰਕੇ ਬਹੁਤ ਧਿਆਨ ਰੱਖਣ ਦੀ ਲੋੜ ਹੈ ਜੀ ਵੀ ਐਂ ਨਹੀਂ ਹੈਗਾ ਆਪਾਂ ਕੁਛ ਵੀ ਇਨਕਮ ਐਟਲੀਸਟ ਐਵਰੇਜ ਇਨਕਮ ਆਪਾਂ ਰਿਪੋਰਟ ਕਰੀਏ ਅਤੇ ਇੱਕ ਬੜੀ ਨੋਰਮਲ ਟੈਂਡੈਂਸੀ ਹੈ ਜੀ ਆਪਾਂ ਨੂੰ
ਦੱਸਿਆ ਜਾਂਦਾ ਵੀ 7 ਸਾਲ ਉਹ ਪਿੱਛੇ ਜਾ ਸਕਦੇ ਆ ਟੂ ਟਰੈਕ ਯੋਰ ਫਾਈਨੈਂਸ਼ੀਅਲਸ। ਜੀ ਜੀ, ਉਹ 7 ਸਾਲ ਤਾਂ ਹੈ ਜੀ ਜੇ ਆਪਾਂ ਮੈਂ ਕੁਛ ਭਰਿਆ ਉਹ ਸ਼ਾਇਦ ਗਲਤ ਰਿਪੋਰਟ ਹੋ ਗਿਆ, CRA ਵਿਲ ਕਮ ਬੈਕ ਫਿਕਸ ਕਰ ਦੂਗੀ ਤੁਹਾਡੀ ਜੀ ਆਹ ਤੁਹਾਡਾ ਅਸੀਂ ਰੀਅਸੈਸ ਕੀਤਾ ਜੀ। ਪਰ ਜੇ ਆਪਾਂ ਕੁਛ ਭਰਿਆ ਹੀ ਨਹੀਂ, ਕੁਛ ਦਿਖਾਇਆ ਹੀ ਨਹੀਂ, ਉਹ ਤਾਂ ਫਿਰ ਕ੍ਰਿਮੀਨਲ ਹੋ ਗਿਆ ਜੀ। ਫਿਰ ਇਹਦਾ ਇੱਕ ਗਾਰ ਵਰਡ ਯੂਜ਼ ਹੁੰਦਾ ਜੀ, ਜਨਰਲ ਐਂਟੀ ਅਵਾਇਡੈਂਸ ਰੂਲਸ, ਉਹ CRA ਨੂੰ ਪਾਵਰ ਦਿੰਦਾ ਉਹ ਜਿੰਨਾ ਮਰਜ਼ੀ ਪਿੱਛੇ ਚਲੇ ਜਾਣ। ਫਿਰ 7 ਸਾਲ ਨਹੀਂ, ਫਿਰ 17 ਵੀ ਹੋ ਸਕਦੇ ਫਿਰ। ਹਾਂਜੀ ਉਹ, ਹਾਂਜੀ, ਤੇ ਇਸ ਕਰਕੇ ਤੁਸੀਂ ਕਿੰਨੀ ਇਨਕਮ ਰਿਪੋਰਟ ਕਰਦੇ ਹੋ ਯੂ ਹੈਵ ਟੂ ਬੀ ਕੇਅਰਫੁਲ, ਤੇ ਕੰਸਲਟ ਯੋਰ ਅਕਾਊਂਟੈਂਟ ਵੀ ਵਟ ਯੂ ਆਰ ਡੂਇੰਗ ਇਟ ਇਜ਼ ਰਾਈਟ ਔਰ ਨਾਟ। ਰਾਈਟ ਜੀ, ਅਤੇ ਇਹ ਵੀ ਦੱਸੋ ਜੀ ਕਿ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੋਵੇ ਤਾਂ ਕੀ ਸਰਕਾਰ ਵੱਲੋਂ ਕੋਈ ਪ੍ਰੋਗਰਾਮ ਹੈਗੇ, ਅਸਿਸਟੈਂਟ ਮਿਲ ਜਾਂਦੀ ਹੈ ਜੀ ਉੱਥੋਂ? ਸਰਕਾਰ ਦੇਖੋ ਜੀ ਆਪ ਹੀ ਚਾਹੁੰਦੀ ਹੈ ਵੀ ਤੁਸੀਂ ਬਿਜ਼ਨਸ ਖੋਲੋ, ਨਵੇਂ ਐਂਟਰਪ੍ਰੀਨਿਓਰ ਅੱਗੇ ਆਉਣ, ਇੰਪਲੋਇਮੈਂਟ ਜਨਰੇਟ ਹੋਵੇ, ਤਾਂ ਇਹੋ ਜਿਹੇ ਕਈ ਪ੍ਰੋਗਰਾਮ ਹੈਗੇ ਆ ਜਿੱਥੇ ਤੁਸੀਂ ਅਪ ਟੂ 1 ਮਿਲੀਅਨ ਤੱਕ ਦਾ ਲੋਨ ਲੈ ਸਕਦੇ ਹੋ ਫਰੋਮ ਦਾ ਬੈਂਕਸ। ਅਤੇ ਬੈਸਟ ਗੱਲ ਇਹ ਹੈ ਜਿਹਨਾਂ ਪ੍ਰੋਗਰਾਮਸ ਦੀ ਵੀ ਅਪ ਟੂ 85% ਆਫ ਦਾ ਰਿਸਕ ਬੈਂਕ ਅਤੇ ਗਵਰਨਮੈਂਟ ਸ਼ੇਅਰ ਕਰਦੀ ਹੈ। ਅੱਛਾ ਜੀ, ਜੇ ਕੱਲ੍ਹ ਨੂੰ ਤੁਹਾਡਾ ਬਿਜ਼ਨਸ ਨਹੀਂ ਚੱਲਿਆ ਤਾਂ ਤੁਹਾਡੀ ਰਿਸਕ ਸਿਰਫ 15% ਦੀ ਹੈ ਉਹ 'ਚੋਂ। ਓਕੇ, ਅਤੇ ਇਹਦੇ ਲਈ ਪ੍ਰੋਸੈਸ ਇਹ ਹੈ ਜੀ ਵੀ ਥੋੜ੍ਹਾ ਲੰਬਾ ਪ੍ਰੋਸੈਸ ਹੈ, ਬਿਕੋਜ਼ ਹੁਣ ਜਦੋਂ ਰਿਸਕ ਬੈਂਕ ਦੀ ਹੋ ਗਈ ਅਤੇ ਰਿਸਕ ਹੋ ਗਈ ਗਵਰਨਮੈਂਟ ਦੀ, ਉਹ ਦੇ ਵਿਲ ਬੀ ਮੋਰ ਵਾਚਫੁਲ ਵੀ ਤੁਸੀਂ ਕੀ ਕੀ ਕਰਨਾ ਚਾਹੁੰਦੇ ਹੋ। ਹੁਣ ਜੇ ਤੁਹਾਡਾ 1 ਮਿਲੀਅਨ ਦਾ ਲੋਨ ਹੋ ਜਾਂਦਾ ਤਾਂ ਪ੍ਰੋਸੈਸ ਇਹ ਹੈ ਜੀ 50% ਜੋ ਕਿ 5 ਲੱਖ ਹੈ ਉਹ ਤੁਸੀਂ ਸਿਰਫ ਇਕੁਇਪਮੈਂਟ ਅਤੇ ਲੀਜ਼ ਹੋਲਡ ਇੰਪਰੂਵਮੈਂਟ 'ਤੇ ਲਾ ਸਕਦੇ ਹੋ। ਲੀਜ਼ ਹੋਲਡ ਇੰਪਰੂਵਮੈਂਟ ਹੈ ਜੀ ਜਿਵੇਂ ਤੁਸੀਂ ਰੀਮੋਡਲ ਕਰਨਾ, ਆਪਣੇ ਹਿਸਾਬ ਦਾ ਆਫਿਸ ਬਣਾਉਣਾ ਹੈ, ਕੁਛ ਵੀ ਵਰਕਸ਼ਾਪ ਬਣਾਉਣੀ ਹੈ, ਤੁਸੀਂ ਪੇਰੋਲ ਐਕਸਪੈਂਸ ਨਹੀਂ ਕਰ ਸਕਦੇ, ਇਨਵੈਂਟਰੀ ਨਹੀਂ ਲੈ ਸਕਦੇ ਉਹਦੇ ਨਾਲ, ਤਾਂ ਇਹੋ ਜਿਹੇ ਰੂਲਸ ਹੈਗੇ ਨੇ। ਪਰ ਇਹਨੂੰ ਲੈਣ ਦਾ ਤਰੀਕਾ ਹੈ ਜੀ, ਵੱਡੇ ਬੈਂਕ ਹੈ ਜਿੰਨੇ ਵੀ ਦੇ ਆਰ ਰਿਲਕਟੈਂਟ, ਉਹਨਾਂ ਨੂੰ ਰਿਸਕ ਫੈਕਟਰ ਦੇਖਦਾ। ਓਕੇ, ਪਰ ਜਿਹੜੀ ਛੋਟੇ ਬੈਂਕਸ, ਇਨ ਮਾਈ ਐਕਸਪੀਰੀਅੰਸ ਆਈ ਕੈਨ ਟੈਲ ਯੂ, ਜਿਹੜੇ ਛੋਟੇ ਬੈਂਕ ਹੈ, ਕ੍ਰੈਡਿਟ ਯੂਨੀਅਨਸ ਹੈ, ਉਹ ਅਪਰੂਵ ਕਰ ਦਿੰਦੇ ਆ, ਬਟ ਉਹਦੇ ਲਈ ਤੁਹਾਨੂੰ ਇੱਕ ਚੰਗਾ ਬਿਜ਼ਨਸ ਪਲਾਨ ਬਣਾਉਣਾ ਪੈਣਾ ਜਿੱਥੇ ਕੋਈ ਅਕਾਊਂਟੈਂਟ ਉਹਨਾਂ ਨੂੰ ਦੱਸੂਗਾ ਵੀ ਪ੍ਰੋਜੈਕਸ਼ਨਸ ਕੀ ਨੇ, ਬਿਜ਼ਨਸ ਮਾਡਲ ਕੀ ਹੈ। ਜੇ ਤੁਸੀਂ ਇਹਨਾਂ ਨੂੰ ਕਨਵਿੰਸ ਕਰ ਸਕਦੇ ਹੋ ਬੈਂਕ ਨੂੰ, ਜੀ ਜੀ, ਤਾਂ ਦੇਰ ਆਰ ਮੈਨੀ ਅਵੇਲੇਬਲ ਪ੍ਰੋਗਰਾਮਸ ਵਿਦ ਦਾ ਗਵਰਨਮੈਂਟ। ਰਾਈਟ ਜੀ, ਅਤੇ ਹੁਣ ਜੇ ਕਿਸੇ ਨੇ ਬਿਜ਼ਨਸ ਸ਼ੁਰੂ ਕੀਤਾ ਪਰ ਉਹਦੇ ਵਿੱਚ ਬਹੁਤ ਸਾਰੇ ਲੋਸ ਉਹਨੂੰ ਆਏ ਅਤੇ ਉਹ ਬਿਜ਼ਨਸ ਬੰਦ ਕਰ ਜਾਂਦਾ, ਫਿਰ ਉਹਦੇ ਵਿੱਚ ਕੋਈ ਟੈਕਸ ਰਿਲੀਫ ਹੈ ਉਹਨਾਂ ਲੋਕਾਂ ਵਾਸਤੇ? ਹਾਂਜੀ, ਜੇ ਤੁਸੀਂ ਕੋਈ ਬਿਜ਼ਨਸ ਸ਼ੁਰੂ ਕੀਤਾ, ਐਕਟਿਵ ਬਿਜ਼ਨਸ ਤੁਸੀਂ ਰਨ ਕਰਦੇ ਸੀਗੇ, ਫਿਰ ਉਹਨੂੰ ਬੰਦ ਕਰ ਦਿੰਦੇ ਹੋ, ਅਤੇ ਕਈ ਆਪਣੇ ਐਂਟਰਪ੍ਰੀਨਿਓਰਸ ਨੂੰ ਲੱਗਦਾ ਵੀ ਹੁਣ ਉਹ ਤਾਂ ਇਟਸ ਆਲ ਗੋਨ। ਇਹ ਨਹੀਂ ਹੈਗਾ ਜੀ, ਇੱਕ ਹੈਗਾ ਅਲਾਊਬਲ ਬਿਜ਼ਨਸ ਇਨਵੈਸਟਮੈਂਟ ਲੋਸ। ਇਹ ਗਵਰਨਮੈਂਟ ਕੀ ਕਰਦੀ ਹੈ, ਤੁਹਾਨੂੰ ਕਿਸੇ ਵੀ ਬਿਜ਼ਨਸ 'ਚ ਘਾਟਾ ਪਿਆ, ਤੁਸੀਂ ਉਹਨੂੰ ਆਪਣੇ ਅਕਾਊਂਟੈਂਟ ਤੋਂ ਸਾਰਾ ਕੁਛ ਫਰੇਮ ਡਾਕੂਮੈਂਟੇਸ਼ਨ ਬਣਵਾਓ, ਉਹ ਜਿੱਥੇ ਦੱਸੂਗਾ ਕਿੰਨੀ ਤੁਹਾਡੀ ਇਨਵੈਸਟਮੈਂਟ ਸੀਗੀ, ਕਿੰਨਾ ਤੁਹਾਡਾ ਲੋਸ ਹੋਇਆ, ਕਿੰਨਾ ਕੀ ਤੁਹਾਡਾ ਬਿਜ਼ਨਸ ਸੀ, ਅਤੇ ਹੋਰ ਜਿੰਨੀਆਂ ਵੀ ਫਾਰਮੈਲਿਟੀਜ਼ ਹੈਗੀਆਂ ਜੀ। ਅਤੇ ਉਹਦਾ ਫਾਇਦਾ ਇਹ ਹੈ ਜੀ, ਤੁਸੀਂ ਬਿਜ਼ਨਸ ਉਹ ਭਾਵੇਂ ਬੰਦ ਹੋ ਗਿਆ, ਤੁਹਾਡੇ ਟੋਟਲ ਲੋਸ ਦਾ 50% ਤੁਸੀਂ ਆਪਣੀ ਕਿਸੇ ਵੀ ਤਰ੍ਹਾਂ ਦੀ ਇਨਕਮ ਅਗੇਂਸਟ ਯੂਜ਼ ਕਰ ਸਕਦੇ ਹੋ। ਡਜ਼ਨਟ ਹੈਵ ਟੂ ਬੀ ਅ ਬਿਜ਼ਨਸ ਇਨਕਮ। ਜੇ ਤੁਸੀਂ ਇੰਪਲੋਇਡ ਹੋ, ਉਹ ਤੁਹਾਡਾ ਬਿਜ਼ਨਸ ਲੋਸ ਇੰਪਲੋਇਮੈਂਟ ਇਨਕਮ 'ਚੋਂ ਵੀ ਘਟਾ ਸਕਦੇ ਹੋ, ਤੁਸੀਂ ਰੈਂਟਲ ਇਨਕਮ 'ਚੋਂ ਵੀ ਘਟਾ ਸਕਦੇ ਹੋ, ਕੋਈ ਵੀ ਪੈਸਿਵ ਇੰਟਰਸਟ ਹੋ ਗਿਆ ਉਹ 'ਚੋਂ ਘਟਾ ਸਕਦੇ ਹੋ, ਤਾਂ ਇਸ ਕਰਕੇ ਯੈਸ ਦੇਰ ਇਜ਼ ਅ ਵੇ, ਜੇ ਤੁਹਾਡਾ ਕੋਈ ਲੋਸਿਸ ਹੋਏ ਆ ਤੁਸੀਂ ਉਹ ਲੋਸਿਸ ਨੂੰ ਰਿਕਵਰ ਕਰ ਸਕਦੇ ਹੋ। ਅਤੇ ਹੁਣ ਜੇ ਤੁਸੀਂ ਕਹੋਗੇ ਵੀ ਇਸ ਸਾਲ ਤਾਂ ਮੇਰੀ ਇਨਕਮ ਹੀ ਨਹੀਂ ਹੋਈ, ਮੈਂ ਉਹਨੂੰ ਕਿਵੇਂ ਰਿਕਵਰ ਕਰਾਂ, ਤੁਸੀਂ 3 ਸਾਲ ਤੱਕ ਪਿੱਛੇ ਜਾ ਸਕਦੇ ਹੋ, ਪਿਛਲੇ ਸਾਲ ਤੁਹਾਨੂੰ ਪ੍ਰੋਫਿਟ ਹੋਇਆ, ਉਹ ਤੋਂ ਪਿਛਲੇ ਸਾਲ ਪ੍ਰੋਫਿਟ ਹੋਇਆ, ਤੁਸੀਂ ਆਪਣੀ ਪੁਰਾਣੀਆਂ ਐਡਿਟ ਕਰ ਸਕਦੇ ਹੋ, ਜਿਹੜੀਆਂ ਵੀ ਤੁਹਾਡੀਆਂ ਰਿਪੋਰਟਿੰਗ ਸੀਗੀਆਂ। ਪਰ ਜੇ ਪਿਛਲੇ 3 ਸਾਲ ਵੀ ਲੋਸ ਸੀਗੇ, ਤੁਸੀਂ ਉਹਨੂੰ ਅਗਲੇ 20 ਸਾਲ ਤੱਕ, ਜਿਸ ਸਾਲ ਵੀ ਤੁਹਾਨੂੰ ਪ੍ਰੋਫਿਟ ਹੋਊਗਾ ਜਾਂ ਇਨਕਮ ਹੋਊਗੀ, ਤੁਸੀਂ ਉਹਨੂੰ ਕੈਰੀ ਫੋਰਵਰਡ ਕਰ ਸਕਦੇ ਹੋ ਆਪਣੇ ਲੋਸ ਨੂੰ ਜੀ। ਇੱਕ ਸਵਾਲ ਹੋਰ ਹੈ ਜੀ ਕਿ ਜਿਹੜਾ ਸ਼ੇਅਰ ਹੋਲਡਰ ਲੋਨ ਹੈ ਉਹਦੇ 'ਤੇ ਟੈਕਸ ਲੱਗਦਾ, ਅਤੇ ਇਹਦਾ ਪ੍ਰੋਸੈਸ ਕੀ ਹੁੰਦਾ ਜੀ ਟੂ ਯੂਜ਼ ਇਟ? ਦੇਖੋ, ਜੇ ਤੁਹਾਡੀ ਕੰਪਨੀ 'ਚ ਪੈਸੇ ਪਏ ਆ, ਤੁਸੀਂ ਉਹਨੂੰ ਟੂ ਵਿਦਡਰਾਅ ਯੋਰ ਇਨਕਮ, ਤੁਸੀਂ ਤੁਹਾਡੇ ਕੋਲ 3 ਤਰੀਕੇ ਆ ਉਹ ਫੰਡਸ ਨੂੰ ਵਿਦਡਰਾਅ ਕਰਨ ਦੇ। ਪਹਿਲਾ, ਤੁਸੀਂ ਉਹਨੂੰ ਸੈਲਰੀ ਵਿਦਡਰਾਅ ਕਰੋਗੇ, ਜਾਂ ਤੁਸੀਂ ਡਿਵੀਡੈਂਡ ਕਢਾਓਗੇ। ਤੀਜਾ ਆ ਜਾਂਦਾ ਸ਼ੇਅਰ ਹੋਲਡਰ ਲੋਨ ਜੀ। ਇਹ ਤਾਂ ਕੋਈ ਐਸ ਸੱਚ ਡਾਇਰੈਕਟ ਉਹ ਟੈਕਸ ਤਾਂ ਨਹੀਂ ਹੈਗਾ। ਉਹ ਆਪਾਂ ਕੀ ਕਰਦੇ ਹਾਂ, ਜਦੋਂ ਆਪਾਂ ਉਹਨਾਂ ਨੂੰ ਕੀ ਕਹਿੰਦੇ ਹਾਂ, ਆਪਣੀ ਕੰਪਨੀ ਤੋਂ ਵਿਦਡਰਾਅ ਕਰ ਲਏ, ਆਪਾਂ ਨੂੰ
ਐਂਡ ਸੀ ਆਰ ਇਜ਼ ਫਾਈਨ ਵਿਦ ਇਟ, ਉਹ ਕਹਿੰਦੇ ਇੱਕ ਸਾਲ 'ਚ ਕੰਪਨੀ ਨੂੰ ਵਾਪਸ ਪੈਸਾ ਤੁਸੀਂ ਮੋੜ ਦਿਓ. ਬਟ ਇਨ ਮੋਸਟ ਕੇਸਿਸ ਆਈ ਹੈਵ ਸੀਨ ਇਹਨੂੰ ਮਿਸਯੂਜ਼ ਕੀਤਾ ਜਾਂਦਾ ਅਤੇ ਉਦੋਂ ਟੈਕਸ ਲੱਗਦਾ ਜੀ. ਉਹ ਮੈਂ ਤੁਹਾਨੂੰ ਦੱਸਦਾ ਕਿਵੇਂ. ਹੁਣ ਸਭ ਨੂੰ ਪਤਾ ਜੀ ਇੱਕ ਸਾਲ ਦੇ ਅੰਦਰ ਅੰਦਰ ਇਹ 'ਤੇ ਕੋਈ ਟੈਕਸ ਨਹੀਂ ਲੱਗਣਾ ਹੈਗਾ ਜੀ. ਆਪਾਂ ਕੀ ਕਰਦੇ ਹਾਂ, ਲੋਨ ਲਿਆ, ਜਦੋਂ 25 ਦਸੰਬਰ ਆਈ ਉਹ ਵਾਪਸ ਪਾ ਤਾ ਕੰਪਨੀ 'ਚ ਅਤੇ 5 ਜਨਵਰੀ ਨੂੰ ਫਿਰ ਕਢਾ ਲਿਆ. ਹਰ ਸਾਲ ਆਪਾਂ ਐਂ ਚੱਲਦੇ ਰਹਿੰਦੇ ਹਾਂ. ਬਟ ਸੀ ਆਰ ਏ ਕਹਿੰਦੀ ਇਟਸ ਨੋਟ ਅ ਕਲੋਕ ਰੀਸੈਟ ਵੀ ਤੁਸੀਂ ਜਮ੍ਹਾਂ ਕਰਾਏ ਕਢਾ ਲਏ, ਜਮ੍ਹਾਂ ਕਰਾਏ ਕਢਾ ਲਏ. ਉਹ ਕਹਿੰਦੇ ਆ ਵੀ ਇਹ ਸੇਮ ਲੋਨ ਹੈ ਤੁਹਾਡਾ, ਉਹੀ ਚੱਲਦਾ ਹੁੰਦਾ ਜਿਹੜਾ ਜੀ. ਅਤੇ ਫਿਰ ਇਨ ਦੈਟ ਕੇਸ ਉਹ ਕੀ ਕਰਦੇ ਆ, ਸਾਰਾ ਜਿਹੜਾ ਤੁਸੀਂ ਪਿਛਲੇ ਸਾਲਾਂ 'ਚ ਇਹ ਇਨ ਐਂਡ ਆਊਟ ਕੀਤਾ ਸ਼ੇਅਰ ਹੋਲਡਰ ਲੋਨ, ਉਹਨੂੰ ਟੈਕਸ ਲਾ ਕੇ ਫਿਰ ਟੈਕਸ ਲੱਗਦਾ ਜੀ ਇਹ 'ਤੇ. ਫਿਰ ਉਹ ਕਹਿੰਦੇ ਤੁਹਾਡੀ ਇਨਕਮ ਸੀ, ਇਹ ਲੋਨ ਨਹੀਂ ਹੈਗਾ ਸੀਗਾ. ਓਕੇ, ਤਾਂ ਦੇਰ ਇਜ਼ ਅ ਪਲੈਨਿੰਗ ਅਰਾਊਂਡ ਇਟ ਵੀ ਤੁਸੀਂ ਕਿਵੇਂ ਸ਼ੇਅਰ ਹੋਲਡਰ ਲੋਨ ਕੱਢਣਾ, ਅਤੇ ਕੰਸਲਟੈਂਟ ਔਰ ਅਕਾਊਂਟੈਂਟ ਵੀ ਵਟਸ ਦਾ ਰਾਈਟ ਵੇ, ਵਟ ਵਰਕਸ ਫੋਰ ਯੂ ਜੀ. ਅਖੀਰ 'ਚ ਕੀ ਕਹਿਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਲਈ? ਅਖੀਰ 'ਚ ਮੈਂ ਇਹ ਕਹਿਣਾ ਚਾਹੂੰਗਾ ਜੀ ਵੀ ਆਪਣਾ ਜਿੰਨੇ ਵੀ ਫਾਈਲਿੰਗ ਹੁੰਦੀ ਹੈ, ਬੀ ਕੇਅਰਫੁਲ, ਬੀ ਰਿਸਪੋਂਸੀਬਲ. ਆਪਣਾ ਇਹ ਬਹੁਤ ਕੋਮਨ ਸੁਣਨ ਨੂੰ ਮਿਲਦਾ ਜੀ, ਐਂ ਕਰ ਦਿਓ, ਆਪਾਂ ਕਹਿ ਦਾਂਗੇ ਆਪਾਂ ਨੂੰ ਪਤਾ ਨਹੀਂ ਸੀ ਜੀ. ਓਕੇ, ਸ਼ੋਰ ਦੇਰ ਇਜ਼ ਅ ਮਾਰਜਨ ਫੋਰ ਇਗਨੋਰੈਂਸ ਵੀ, ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਵੇਂ ਕਰਨਾ. ਬਟ ਜੇ ਤੁਹਾਨੂੰ ਟੈਕਸ ਵੇਡਰ ਉਹਨਾਂ ਨੇ ਲੇਬਲ ਕਰਤਾ, ਉਹ ਐਕਸਟ੍ਰੀਮ ਐਕਸਟੈਂਟ ਤੱਕ ਜਾਣਗੇ ਟੂ ਚੇਜ਼ ਵੀ ਤੁਹਾਡੇ ਤੋਂ ਹੁਣ ਹੋਰ ਕੀ ਗਲਤੀਆਂ ਕੀਤੀਆਂ ਹੋਣੀਆਂ ਤੁਸੀਂ. ਓ ਹਾਂਜੀ, ਤਾਂ ਇਹੀ ਹੈ ਵੀ ਫਾਈਲ ਰਿਸਪੋਂਸੀਬਲੀ ਜੀ. ਇੱਕ ਹੋਰ ਕੁਐਸਚਨ ਆਇਆ ਜੀ ਕਿ ਉਹ ਕਹਿੰਦਾ ਜੀ ਕਿ ਫਾਰਮਿੰਗ ਲੈਂਡ ਇੰਡੀਆ ਦੇ ਵਿੱਚ ਸੇਲ ਕੀਤੀ ਉਹਨਾਂ ਨੇ, ਅਤੇ ਉਹਦਾ ਪੈਸਾ ਜਿਹੜਾ ਆ ਉਹ ਇੱਧਰ ਸੀ ਆਰ ਏ ਨੂੰ ਦੱਸਣ ਦੀ ਲੋੜ ਹੈ? ਦੇਖੋ, ਤੁਹਾਨੂੰ ਇਨਕਮ ਹੋਈ ਹੈ ਤਾਂ ਕਹਿੰਦੇ ਕੋਈ ਫੋਰਨ ਇਨਕਮ ਹੈ, ਲੋੜ ਤਾਂ ਹੈਗੀ ਆ ਤੁਹਾਨੂੰ ਰਿਪੋਰਟ ਕਰਨ ਦੀ ਐਨੀਵੇਅਰ. ਆਪਾਂ ਇਹ ਬਹੁਤ ਕਾਮਨ ਹੈ ਜੀ, ਆਪਾਂ ਨੂੰ ਪਤਾ ਕੀ ਲੱਗਦਾ, ਆਪਾਂ ਇੰਡੀਆ ਕੁਛ ਵੇਚਿਆ, ਆਪਾਂ ਨੂੰ ਲੱਗਦਾ ਵੀ ਹੁਣ ਇਹ ਰਿਪੋਰਟ ਨਹੀਂ ਕਰਨਾ ਤਾਂ ਟੈਕਸ ਪੈ ਜੂਗਾ. ਹੁਣ ਇਹਨਾਂ ਨੂੰ ਜਿਹੜੀ ਇਹਨਾਂ ਨੇ ਫਾਰਮਿੰਗ ਲੈਂਡ ਵੇਚੀ ਹੈ, ਮੋਸਟ ਲਾਈਕਲੀ ਇਹਨਾਂ ਦੀ ਇਨਹੈਰੀਟਿਡ ਲੈਂਡ ਹੋਊਗੀ ਜੀ ਜੀ ਜੀ. ਜੇ ਉਹ ਇਨਹੈਰੀਟਿਡ ਹੈ ਉਹਨੂੰ ਉਰੇ ਲਿਆਉਣ, ਇਹਨਾਂ ਨੂੰ ਉੱਥੇ ਇੱਕ ਉਹ ਬਣਾਉਣਾ ਪੈਣਾ ਜੀ, ਐਨ ਆਰ ਅਕਾਊਂਟ ਕੋਈ ਨਹੀਂ, ਜਿਹੜਾ ਕੋਰਟ 'ਚੋਂ ਸਟਾਮ ਜੋ ਵੀ ਉਹਨੂੰ ਕਹਿੰਦੇ ਆ ਉਹ ਬਣਾਉਣਾ ਪੈਣਾ. ਅਤੇ ਜੇ ਉਹ ਉਰੇ ਬਣਾ ਕੇ ਲਿਆਉਂਦੇ ਆ ਉਹ 'ਤੇ ਟੈਕਸ ਨਹੀਂ ਹੈਗਾ ਪ੍ਰੋਵਾਈਡਿਡ. ਹੁਣ ਕੰਡੀਸ਼ਨ ਇਹ ਹੈ ਜੀ, ਹੁਣ ਜਿਹੜੀ ਇਹਨਾਂ ਨੇ ਮੰਨ ਲਓ ਇਹਨਾਂ ਦੇ ਪੇਰੈਂਟਸ ਦੇ ਨਾਮ 'ਤੇ ਸੀਗੀ ਉਹ ਪ੍ਰੋਪਰਟੀ ਜੀ, ਜੇ ਤਾਂ ਇਹਨਾਂ ਦੇ ਪੇਰੈਂਟਸ ਇੰਡੀਆ ਰਹਿੰਦੇ ਆ, ਉਰੇ ਕਦੇ ਆਏ ਨਹੀਂ, ਉਰੇ ਦੀ ਉਹਨਾਂ ਨੇ ਕਦੇ ਟੈਕਸ ਰਿਟਰਨ ਨਹੀਂ ਭਰੀ ਹੈਗੀ ਜੀ ਜੀ ਕੈਨੇਡਾ ਦੀ, ਫਿਰ ਤਾਂ ਉਹਦੇ ਕੋਈ ਟੈਕਸ ਨਹੀਂ. ਉਹਨਾਂ ਕਹਿਣਾ ਸਰ ਮੈਂ ਪ੍ਰੋਪਰਟੀ ਇਨਹੈਰਿਟ ਕੀਤੀ ਹੈ ਮੇਰੇ ਫਾਦਰ ਤੋਂ, ਮੇਰੇ ਆ ਗਈ. ਹੁਣ ਮੰਨ ਲਓ ਇਹਨਾਂ ਦੇ ਪੇਰੈਂਟਸ ਵੀ ਉਰੇ ਆ ਗਏ, ਪੀ ਆਰ ਸੀਗੇ, ਉਹ ਜ਼ੀਰੋ ਇਨਕਮ ਦਿਖਾਈ ਗਏ. ਹੁਣ ਜਦੋਂ ਆਪਾਂ ਟੈਕਸ ਰਿਟਰਨ ਭਰਦੇ ਹਾਂ ਪੁੱਛਦੇ ਹਾਂ ਵੀ 1 ਲੱਖ ਤੋਂ ਵੱਧ ਦੀ ਪ੍ਰੋਪਰਟੀ ਸੀਗੀ ਤੁਹਾਡੇ ਕੋਲ ਵਰਲਡਵਾਈਡ, ਹੁਣ ਜਿਹਨਾਂ ਦੇ ਫਾਦਰ ਨੇ ਉਹ ਜ਼ੀਰੋ ਭਰੀ ਹੋਈ ਹੈ, ਫਿਰ ਇਹਨਾਂ ਨੂੰ ਉਹਦੇ ਟੈਕਸ ਪਊਗਾ ਜੀ ਲਿਆਉਣ ਦਾ. ਓਕੇ, ਹੁਣ ਮੰਨ ਲਓ ਜੇ ਉਹ ਜੇ ਉਹ ਉਹਨਾਂ ਨੇ ਉਰੇ ਦਿਖਾਈ ਸੀ ਵੀ ਉਹਨਾਂ ਕੋਲ ਲੈਂਡ ਹੈ, ਦੈਨ ਹੀ ਸੇ, ਫਿਰ ਕੁਛ ਨਹੀਂ ਹੈਗਾ. ਓਕੇ ਹਾਂਜੀ, ਸੋ ਇਹਦਾ ਥੋੜ੍ਹਾ ਟੈਕਨੀਕਲ ਜਿਹਾ ਹੈਗਾ. ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਆਪਣੇ ਸ਼ਰਨ ਜੀ ਤੁਹਾਡਾ ਸਾਡੇ ਨਾਲ ਸ਼ਾਮਿਲ ਹੋਣ ਲਈ. ਵਿਰਾਟ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਅਤੇ ਫਾਈਨਲ ਵਰਡਸ ਅਤੇ ਤੁਹਾਡੀ ਕੋਂਟੈਕਟ ਇਨਫੋਰਮੇਸ਼ਨ. ਥੈਂਕ ਯੂ ਵੀਰ ਜੀ, ਸਾਨੂੰ ਸਾਰੇ ਦਰਸ਼ਕਾਂ ਦੇ ਸਰੋਤਿਆਂ ਦੇ ਰੂਬਰੂ ਹੋਣ ਦਾ. ਅਤੇ ਇੱਕ ਮੈਂ ਗੱਲ ਕਹਿਣਾ ਚਾਹੂੰਗਾ ਕਿ ਜਦੋਂ ਤੁਸੀਂ ਨਵਾਂ ਬਿਜ਼ਨਸ ਸਟਾਰਟ ਕਰਦੇ ਹੋ, ਕੈਨੇਡਾ ਗਵਰਨਮੈਂਟ ਦੇ ਬਹੁਤ ਸਾਰੇ ਪ੍ਰੋਗਰਾਮਸ ਹੈਗੇ ਆ ਜਿਹਦੇ ਵਿੱਚ ਤੁਹਾਨੂੰ ਡਿਫਰੈਂਟ ਤਰ੍ਹਾਂ ਦੀ ਲੋਨਸ, ਗ੍ਰਾਂਟਸ ਅਤੇ ਬਹੁਤ ਕੁਛ ਮਿਲਦਾ. ਠੀਕ ਹੈ, ਜਿਹਦੇ ਵਿੱਚ ਤੁਹਾਨੂੰ ਪ੍ਰੋਫੈਸ਼ਨਲ ਹੈਲਪ ਦੀ ਲੋੜ ਹੁੰਦੀ ਹੈ, ਤੁਹਾਨੂੰ ਪ੍ਰੋਜੈਕਸ਼ਨਸ ਬਣਾਉਣੀਆਂ ਪੈਂਦੀਆਂ, ਬੈਲੈਂਸ ਸ਼ੀਟਸ, ਸਾਰਾ ਕੁਛ, ਬਿਜ਼ਨਸ ਪਲਾਨ ਚਾਹੀਦਾ ਹੁੰਦਾ. ਅਤੇ ਕਾਫੀ ਪ੍ਰੋਗਰਾਮਸ ਹੈਗੇ ਆ ਜਿਹੜੇ ਵੁਮੈਨ ਲੈਡ ਐਂਟਰਪ੍ਰਨੋਰਸ ਹੈਗੇ ਆ, ਆਪਣੇ ਜਿਹੜੇ ਹੈਗੇ ਆ ਡਿਫਰੈਂਟ ਡਿਫਰੈਂਟ ਜਿਹੜੇ ਗਰੁੱਪਸ ਹੈਗੇ ਆ ਸਾਰੇ ਵਾਸਤੇ ਹੈਗੇ ਆ, ਅਤੇ ਅਸੀਂ ਤੁਹਾਡੀ ਉਸ 'ਚ ਮਦਦ ਕਰ ਸਕਦੇ ਹਾਂ. ਕਿ ਤੁਸੀਂ ਸ਼ਰਨ ਜੀ ਨਾਲ ਗੱਲ ਕਰਨੀ ਹੋਵੇ, ਸਾਡੇ ਆਫਿਸ ਦੇ ਵਿੱਚ ਆ ਸਕਦੇ ਹੋ, 2017 ਪੈਕਸਸ ਰੋਡ, ਰਾਈਟ ਔਨ ਦੀ ਕੋਰਨਰ ਆਫ ਮੈਕਨਾਈਟ ਐਂਡ 19 ਸਟਰੀਟ ਜੀ. ਅਤੇ ਸਾਡਾ ਫੋਨ ਨੰਬਰ ਹੈਗਾ 403-768-4444, 403-768-4444. ਬਹੁਤ ਧੰਨਵਾਦ ਤੁਹਾਡਾ ਬਰਾੜ ਸਾਹਿਬ, ਬਹੁਤ ਮਿਹਰਬਾਨੀ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ. ਥੈਂਕ ਯੂ ਜੀ, ਥੈਂਕ ਯੂ ਜੀ.